ਚੰਡੀਗੜ੍ਹ ਵਿੱਚ ਮੁੱਖ ਤੌਰ 'ਤੇ ਤਿੰਨ ਪਾਰਟੀਆਂ ਨੇ ਆਪਣੇ ਮੇਨ ਉਮੀਦਵਾਰ ਐਲਾਨੇ ਸੀ ਅਤੇ ਉਹਨਾਂ ਤੋਂ ਬਾਅਦ ਕਈ ਆਜ਼ਾਦ ਉਮੀਦਵਾਰ ਵੀ ਸਨ। ਜੇਕਰ ਮੇਨ ਪਾਰਟੀਆਂ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਮਨੀਸ਼ ਤਿਵਾੜੀ ਨੂੰ, ਬੀਜੇਪੀ ਨੇ ਸੰਜੇ ਟੰਡਨ ਨੂੰ ਅਤੇ ਰਿਤੂ ਸਿੰਘ BSP ਵੱਲੋਂ ਉਮੀਦਵਾਰ ਸਨ। ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਆਪਣਾ ਕੋਈ ਵੀ ਉਮੀਦਵਾਰ ਚੰਡੀਗੜ੍ਹ ਤੋਂ ਨਹੀਂ ਐਲਾਨਿਆ ਸੀ। ਅਤੇ ਅਕਾਲੀ ਦਲ ਦੀ ਗੱਲ ਕਰੀਏ, ਅਕਾਲੀ ਦਲ ਨੇ ਆਪਣਾ ਉਮੀਦਵਾਰ ਚੰਡੀਗੜ੍ਹ ਤੋਂ ਐਲਾਨਿਆ ਸੀ, ਪਰ ਉਹਨਾਂ ਦੇ ਉਮੀਦਵਾਰ ਨੇ ਆਪਣੀ ਟਿਕਟ ਵਾਪਸ ਕਰ ਦਿੱਤੀ ਸੀ ਅਤੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ। ਉਸ ਤੋਂ ਬਾਅਦ ਵੀ ਇੰਡੀਆ ਗੱਠਜੋੜ ਦੇ ਸਮਝੌਤੇ ਦੇ ਤਹਿਤ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਤੋਂ ਆਪਣਾ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਸੀ। ਅਤੇ ਹੁਣ ਜਿੱਤ ਦੀ ਗੱਲ ਕਰਦੇ ਹਾਂ ਤਾਂ ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ, ਜੋ ਕਾਂਗਰਸ ਦੇ ਜਾਂ ਇੰਡੀਆ ਗੱਠਜੋੜ ਦੇ ਉਮੀਦਵਾਰ ਸਨ, ਉਹਨਾਂ ਨੇ ਚੰਡੀਗੜ੍ਹ ਤੋਂ 2500 ਤੋਂ ਵੱਧ ਵੋਟਾਂ ਲੈ ਕੇ ਜਿੱਤ ਦਰਜ ਕੀਤੀ। ਉਹਨਾਂ ਨੂੰ ਕੁੱਲ 2,16,667 ਤੋਂ ਵੱਧ ਵੋਟਾਂ ਪਈਆਂ ਨੇ। ਅਤੇ ਦੂਜੇ ਨੰਬਰ 'ਤੇ BJP ਦੇ ਉਮੀਦਵਾਰ ਸੰਜੇ ਟੰਡਨ ਰਹੇ, ਜਿਨ੍ਹਾਂ ਨੂੰ 2,14,153 ਵੋਟਾਂ ਪਈਆਂ ਨੇ ਅਤੇ 2,500 ਵੋਟਾਂ ਨਾਲ ਹਾਰ ਗਏ। ਅਤੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਤੋਂ ਪਹਿਲਾਂ BJP ਦੇ ਉਮੀਦਵਾਰ ਕਿਨ ਖੇਰ ਚੰਡੀਗੜ੍ਹ ਤੋਂ ਜੇਤੂ ਸਨ ਅਤੇ 2019 ਵਿੱਚ ਕਿਨ ਖੇਰ ਨੇ ਚੰਡੀਗੜ੍ਹ ਤੋਂ ਜਿੱਤ ਦਰਜ ਕੀਤੀ ਸੀ ਅਤੇ ਚੰਡੀਗੜ੍ਹ ਤੋਂ ਸਾਂਸਦ ਬਣੇ ਸਨ। ਪਰ ਇਸ ਵਾਰ BJP ਚੰਡੀਗੜ੍ਹ ਤੋਂ ਹਾਰ ਗਈ ਅਤੇ BJP ਦੂਜੇ ਨੰਬਰ 'ਤੇ ਚੱਲ ਰਹੀ ਹੈ। ਤੀਜੇ ਨੰਬਰ 'ਤੇ ਗੱਲ ਕਰੀਏ ਤਾਂ BSP ਦੀ ਉਮੀਦਵਾਰ ਰਿਤੂ ਸਿੰਘ ਰਹੀ, ਉਹਨਾਂ ਨੂੰ ਸਿਰਫ 6,708 ਵੋਟਾਂ ਪਈਆਂ ਨੇ ਅਤੇ ਉਹ 2,09,949 ਵੋਟਾਂ ਨਾਲ ਹਾਰ ਗਈ।